ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਘੇਰਿਆ ਮਿੰਨੀ ਸੈਕਟਰੀਏਟ ਤੇ ਕਰ ਦਿੱਤੇ ਚਾਰੇ ਗੇਟ ਬੰਦ। ਦੱਸ ਦਈਏ ਕਿ ਜੈਥੋ ਵਿਖੇ ਸ਼ਹੀਦ ਹੋਏ ਕਿਸਾਨ ਦੇ ਪੁੱਤਰ ਨੂੰ ਨੌਕਰੀ ਦਿਵਾਉਣ ਲਈ ਅਤੇ ਪਰਾਲੀ ਦੇ ਸੰਬੰਧ ਵਿੱਚ ਕਿਸਾਨਾਂ ਤੇ ਕੀਤੇ ਗਏ ਪਰਚਿਆਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਇੱਕ ਵੱਡਾ ਮੋਰਚਾ ਖੋਲ੍ਹਿਆ ਗਿਆ ਸੀ ਬਠਿੰਡਾ ਦੇ ਵਿੱਚ। ਜਦੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਿਤੇ ਸਿਰੇ ਨਹੀਂ ਲੱਗੀ ਤਾਂ ਉਹਨਾਂ ਵੱਲੋਂ ਅੱਜ ਮਿੰਨੀ ਸੈਕਟਰੀਏਟ ਦੇ ਚਾਰੇ ਗੇਟ ਬੰਦ ਕਰ ਦਿੱਤੇ ਗਏ। ਮੇਰਾ ਨਾਂ ਰੇਸ਼ਮ ਸਿੰਘ ਯਾਤਰੀ, ਭਾਰਤੀ ਕਿਸਾਨ ਏਕਤਾ ਸਿੱਧੂਪੁਰ। ਜੋ ਸਾਡਾ ਲਗਾਤਾਰ ਇੱਥੇ ਲਗਭਗ 10 ਮਹੀਨਿਆਂ ਤੋਂ ਪ੍ਰਦਰਸ਼ਨ ਚੱਲ ਰਿਹਾ, ਜਿਹੜਾ ਕਿ ਇੱਥੋਂ ਦੇ ਪ੍ਰਸ਼ਾਸਨ ਨੇ ਪਰਾਲੀ ਦੌਰਾਨ ਜੋ ਪਰਚੇ ਪਾਏ ਸੀ, ਇੱਕ ਕਿਸਾਨ ਸ਼ਹੀਦ ਹੋ ਗਿਆ ਸੀ ਜੈਤੋ ਮੋਰਚੇ ਦੇ ਨਾਲ, ਉਹਨੂੰ ਵਾਅਦਾ ਕੀਤਾ ਸੀ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਣ ਦਾ, ਜਿਹੜਾ ਕਿ ਇੱਥੋਂ ਦੇ ਪ੍ਰਸ਼ਾਸਨ ਦੇ ਸਰਕਾਰ ਨਾਲ ਲਗਭਗ 32-33 ਮੀਟਿੰਗਾਂ ਹੋਈਆਂ ਜੋ ਬੇਸ਼ਿਟ ਆ ਰਹੀਆਂ ਮਜ਼ਬੂਰੀ ਬਸ। ਕੱਲ੍ਹ ਅਸੀਂ DC ਰਿਹਾਇਸ਼ ਘੇਰੀ ਆ, ਅੱਡਾ ਰੋਡ ਘਿਰਿਆ, ਅੱਜ ਮਜ਼ਬੂਰੀ ਬਸ ਮੀਟਿੰਗਾਂ 2-3 ਹੋ ਗਈਆਂ, ਉਹ ਵੀ ਬੇਸ਼ਿਟ ਆ ਰਹੀਆਂ ਮਜ਼ਬੂਰੀ ਬਸ। ਅੱਜ ਜੇ ਗੱਲ ਕਰੀਏ ਸਾਰੇ ਕੰਪਲੈਕਸ ਦਾ ਘਰਾਓ ਕੀਤਾ ਸਾਰੇ ਗੇਟਾਂ ਦਾ, ਜਿੰਨਾ ਚਿਰ ਸਾਡੇ ਨਾਲ ਵਾਅਦਾ ਕੀਤਾ ਸਰਕਾਰ ਨੇ ਨੌਕਰੀ ਦਾ ਲੈਟਰ ਦੇਣ ਦਾ, ਜਿੰਨਾ ਚਿਰ ਵਾਅਦਾ ਪੂਰਾ ਨਹੀਂ ਕਰਦੀ ਸਰਕਾਰ ਦਾ ਸਰਕਾਰੀ ਨੌਕਰੀ ਦਾ ਸਰਕਾਰ ਲੈਟਰ ਨਹੀਂ ਦਿੰਦੀ, ਉਨਾ ਚਿਰ ਮੁਕੰਮਲ ਤੌਰ 'ਤੇ ਸਾਰੇ ਗੇਟ ਇਸੇ ਤਰ੍ਹਾਂ ਬੰਦ ਰਹਿਣਗੇ ਜਿੰਨਾ ਚਿਰ ਨੌਕਰੀ ਦਾ ਕੀਤਾ ਵਾਅਦਾ ਪੂਰਾ ਨਹੀਂ ਕਰਦੀ। ਸਾਰੇ ਅੰਦਰ ਨੇ ਅਫਸਰ, ਸਾਰੇ ਅੰਦਰ ਨੇ, ਇਸੇ ਤਰ੍ਹਾਂ ਅੰਦਰ ਰੱਖਾਂਗੇ ਜਿੰਨਾ ਚਿਰ ਸਾਡਾ ਵਾਅਦਾ ਕਰਿਆ ਜਿਹੜਾ ਸਰਕਾਰੀ ਨੌਕਰੀ ਦਿੰਦਾ ਉਹ ਲੈਟਰ ਨਹੀਂ ਦਿੰਦੀ। ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।